ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਸੁਖਵਿੰਦਰ ਹੈ ਅਤੇ ਮੈਂ ਪਿਛਲੇ 6 ਸਾਲਾਂ ਤੋਂ YFC ਦੇ ਵਿੱਚ ਐਜ਼ ਏ ਫੁੱਟਬਾਲ ਕੋਚ ਕੰਮ ਕਰ ਰਿਹਾ ਹਾਂ। ਅਤੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਜਿਹੜੇ ਕੋਚਿੰਗ ਦੇ ਕੋਰਸ ਕਰਾਏ ਜਾਂਦੇ ਹਨ, ਉਹਨਾਂ ਦੇ ਵਿੱਚ ਮੈਂ ਗ੍ਰਾਸ ਰੂਟ, ਡੀ ਲਾਇਸੈਂਸ ਅਤੇ AFC ਫੁੱਟਬਾਲ ਕੰਨਫੈਡਰੇਸ਼ਨ ਵੱਲੋਂ ਜਿਹੜਾ C ਲਾਇਸੈਂਸ ਕਰਾਇਆ ਜਾਂਦਾ ਉਹ ਕੰਪਲੀਟ ਕੀਤਾ ਆ। ਅਤੇ ਨਾਲ ਦੀ ਨਾਲ ਮੈਂ ਬੋਆਇਜ਼ ਅਤੇ ਗਰਲਜ਼ ਗਰੁੱਪ ਨੂੰ ਟ੍ਰੇਨਿੰਗ ਕਰਾਉਂਦਾ ਪਿਛਲੇ 6 ਸਾਲਾਂ ਤੋਂ YFC ਦੇ ਵਿੱਚ। ਮੈਂ ਬਹੁਤ ਧੰਨਵਾਦੀ ਹਾਂ YFC ਦਾ ਕਿ ਉਹਨਾਂ ਨੇ ਮੈਨੂੰ ਆਪਣੇ ਕੋਚਿੰਗ ਕੈਰੀਅਰ ਨੂੰ ਅੱਗੇ ਵਧਾਉਣ ਦੇ ਵਿੱਚ ਬਹੁਤ ਮੇਰੀ ਹੈਲਪ ਕੀਤੀ। ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ, ਅੱਜ ਦਾ ਜਿਹੜਾ ਸੈਸ਼ਨ ਹੈ ਮੇਰਾ ਗਰਲਜ਼ ਗਰੁੱਪ ਦੇ ਨਾਲ, ਅੰਡਰ 12 ਅਤੇ 14 ਗਰਲਜ਼ ਦਾ ਗਰੁੱਪ ਆ ਜਿਹੜਾ ਸੈਸ਼ਨ ਅੱਜ ਦਾ ਹੈਗਾ ਉਹ ਕੰਡੀਸ਼ਨਿੰਗ 'ਤੇ ਹੈ। ਤਕਰੀਬਨ ਮੇਰੇ ਕੋਲ ਡੇਲੀ 60 ਗਰਲਜ਼ ਟ੍ਰੇਨਿੰਗ ਕਰਨ ਆਉਂਦੀਆਂ, ਜਿਨ੍ਹਾਂ ਦੇ ਵਿੱਚ ਮੇਰੇ ਦੋਸਤ ਗਰਲਜ਼ ਕੋਚ ਮੇਰੇ ਨਾਲ ਟ੍ਰੇਨਿੰਗ ਸੈਸ਼ਨ ਅਟੈਂਡ ਕਰਾਉਂਦੇ ਨੇ। ਅਤੇ ਤਕਰੀਬਨ ਡੇਲੀ YFC ਦੇ ਸਟੇਡੀਅਮ ਦੇ ਵਿੱਚ ਤਕਰੀਬਨ 100 ਤੋਂ 150 ਬੱਚਾ ਬੋਆਇਜ਼ ਐਂਡ ਗਰਲਜ਼ ਇਕੱਠੇ ਟ੍ਰੇਨਿੰਗ ਕਰਨ ਆਉਂਦੇ ਆ। ਅਤੇ ਬਹੁਤ ਵਧੀਆ ਲੱਗਦਾ ਕਿ ਬੱਚੇ ਆਪਣੇ ਫਿਊਚਰ ਦੇ ਲਈ ਬਹੁਤ ਅਵੇਅਰ ਹਨ ਅਤੇ ਉਹਨਾਂ ਦੇ ਪੇਰੈਂਟਸ ਵੀ ਕਾਫੀ ਹੈਲਪ ਕਰਦੇ ਆ। ਨਾਲ ਦੀ ਨਾਲ ਜਿਵੇਂ ਸਾਰੇ ਜਾਣਦੇ ਹੀ ਆ ਕਿ YFC ਬੱਚਿਆਂ ਦੇ ਓਵਰਆਲ ਡਿਵੈਲਪਮੈਂਟ ਲਈ ਬਹੁਤ ਜ਼ਿਆਦਾ ਉਪਰਾਲੇ ਕਰ ਰਹੀ ਹੈ। ਅਤੇ ਮੈਂ YFC ਦਾ ਬਹੁਤ ਧੰਨਵਾਦ ਵੀ ਹਾਂ ਕਿ ਉਹਨਾਂ ਨੇ ਮੈਨੂੰ ਵੱਖਰੀਆਂ ਵੱਖਰੀਆਂ ਕੰਟਰੀਆਂ ਦੇ ਕੋਚਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਵੇਂ ਕਿ ਇੰਗਲੈਂਡ ਦੇ ਕੋਚਿਸ, ਕੈਨੇਡਾ ਦੇ ਕੋਚਿਸ, ਜਰਮਨੀ ਦੇ ਕੋਚਿਸ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ YFC ਦਾ।